ਹਦਾਇਤਾਂ ਕੀ ਤੁਹਾਡੇ ਵੱਲੋਂ ਕੀਤਾ ਜਾ ਰਿਹਾ ਪ੍ਰਜਾਪ ਸਰਕਾਰ ਦੀ ਹਦਾਇਤ ਹੈ ਕੀ ਅਪ੍ਰੈਲ ਤੱਕ ਜਿਹੜੇ ਕਰਫਿਊ ਹੈ ਉਹਦੇ ਇੰਪਲੀਮੈਂਟੇਸ਼ਨ ਵਾਸਤੇ ਅਸੀਂ ਟੀਮਸ ਬਣਾਈਆਂ ਅਲੱਗ ਅਲੱਗ ਸਿਟੀ ਥਾਣੇ ਦੀ ਅਤੇ ਬਾਕੀ ਜਿਹੜੇ ਸਾਡੇ 11 ਥਾਣੇ ਹੋਰ
ਹੋਣੀ ਹੈ, ਲੋਕਾਂ ਦੀ ਮੂਵਮੈਂਟ ਬੰਦ ਹੋਣੀ ਹੈ, ਉਹਨੂੰ ਬੰਦ ਕੀਤਾ ਜਾ ਸਕੇ। ਅੱਜ ਅਸੀਂ ਲੋਕਾਂ ਨੂੰ ਵਾਰਨਿੰਗ ਦੇ ਕੇ ਅਤੇ ਉਹਨਾਂ ਨੂੰ ਦੱਸ ਰਹੇ ਹਾਂ ਕਿ 8 ਵਜੇ ਤੱਕ ਟੋਟਲੀ ਬੰਦ ਹੋ ਜਾਣਾ ਚਾਹੀਦਾ, 7:15 ਵਜੇ ਆਪਣਾ ਕੰਮ ਬਾਈਂਡ ਅਪ ਕਰਨਾ ਸ਼ੁਰੂ ਕਰਦੇ ਹਾਂ। ਅਤੇ ਅੱਜ ਥੋੜ੍ਹੀਆਂ ਜਿਹੀਆਂ ਦੁਕਾਨਾਂ ਖੁੱਲ੍ਹੀਆਂ ਸੀ 8 ਵਜੇ ਤੋਂ ਬਾਅਦ ਵੀ ਵੀਲ ਇਨਸ਼ੋਰ, ਅਤੇ ਕੱਲ੍ਹ ਤੋਂ ਸਾਰੀਆਂ 8 ਵਜੇ ਤੋਂ ਪਹਿਲਾਂ ਬੰਦ ਹੋ। ਜਿਹੜੀ ਹਦਾਇਤਾਂ ਜੀ ਨਹੀਂ ਪਾਲਣਾ ਕਰਦੇ, ਕੀ ਉਹਨਾਂ 'ਤੇ ਕਾਰਵਾਈ ਕੀਤੀ ਜਾਊਗੀ ਤੁਹਾਡੀ? ਦੇਖੋ ਜੀ, ਜਿਹੜਾ ਵੀ 144 ਦੇ ਆਰਡਰ ਨੇ ਡੀ ਸੀ ਸਾਹਿਬ ਦੇ, ਕੋਈ ਵੀ ਬੰਦਾ ਜੇ ਉਹਨੂੰ ਨਹੀਂ ਮੰਨਦਾ ਤਾਂ 188 ਦਾ ਉਹਦੇ 'ਤੇ ਪਰਚਾ ਬਣਦਾ, ਉਹ ਅਸੀਂ ਕਰਾਂਗੇ। ਪਿਛਲੇ 2 ਦਿਨ 'ਚ ਅਸੀਂ 3 ਪਰਚੇ ਦਿੱਤੇ ਨੇ, ਅਤੇ ਅੱਗੋਂ ਇਹਨਾਂ ਦੀ ਅਸੀਂ ਸੰਖਿਆ ਵੀ ਵਧਾਵਾਂਗੇ, ਨੰਬਰ ਵੀ ਇੰਕਰੀਜ਼ ਜਿਹੜੇ ਪਰਚੇ ਦਾ ਕੀਤੇ ਜਾ ਰਹੇ ਨੇ। ਅਸੀਂ ਨਾਲ ਦੀ ਨਾਲ ਓਪਨ ਜੇਲ੍ਹ ਵੀ ਕ੍ਰੀਏਟ ਕਰਨ ਜਾ ਰਹੇ ਹਾਂ ਕੱਲ੍ਹ ਤੋਂ ਖਾਣਾ ਬਾਈ, ਉੱਥੇ ਵੀ ਬੰਦੇ ਜਿਹੜੇ ਕਰਫਿਊ ਦੀ ਵਾਇਲੇਸ਼ਨ ਕਰਨਗੇ ਜਾਂ ਮਾਸਕ ਨਹੀਂ ਪਾਉਂਦੇ ਉਹਨਾਂ ਨੂੰ ਪਰਚਾ ਦਰਜ ਕਰਕੇ ਅਤੇ ਓਪਨ ਜੇਲ੍ਹ ਵਿੱਚ ਰੱਖਿਆ ਜਾਊਗਾ, ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਕੀ ਗਾਈਡਲਾਈਨ ਸੀ, ਉਹਨਾਂ ਨੂੰ ਫੋਲੋ ਕੀਤਾ ਜਾ। ਸਰ, ਲੋਕਾਂ ਦਾ ਕਹਿਣਾ ਜੀ ਜਿਹੜੇ ਦੁਕਾਨਾਂ ਉਹ 8 ਵਜੇ ਬੰਦ ਕਰਾਈ ਜਾਂਦੀ, ਜਿਹੜੇ ਠੇਕੇ ਉਹ ਬੰਦ ਨਹੀਂ ਕੀਤੇ ਜਾਂਦੇ ਜੋ 8 ਵਜੇ? ਮੈਂ ਆਲਮੋਸਟ ਜੀ 300-400 ਮੀਟਰ ਚੱਲਿਆ ਹੁੰਦਾ, ਉਸ ਤੋਂ ਜ਼ਿਆਦਾ ਹੀ ਚੱਲਿਆ ਹੋਇਆ, ਮੇਰੇ ਰਸਤੇ 3 ਠੇਕੇ ਆਏ ਸੀ, ਸਾਰੇ ਬੰਦ ਸੀ। ਸੋ ਇਹ ਇਨਸ਼ੋਰ ਹੋਊਗਾ ਕਿ 8 ਵਜੇ ਐਵਰੀਥਿੰਗ ਇਜ਼ ਕਲੋਜ਼ਡ ਇਨਕਲੂਡਿੰਗ ਠੇਕੇ।